ਸਤਿ ਸ਼੍ਰੀ ਅਕਾਲ ਜੀ ਜਸਪੰਜਾਬੀ ਦੇਖ ਰਹੇ ਸਰ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ ਤੇ ਮੈਂ ਅਮਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ ਬੋਲਦਾ ਲੰਬੇ ਸਮੇਂ ਤੋਂ ਸਿੱਖ ਕੌਮ ਅਰਦਾਸ ਬੇਨਤੀਆਂ ਕਰਦੀ ਆ ਰਹੀ ਸੀ ਵਿਛੜੇ ਗੁਰਧਾਮਾਂ ਦੇ ਦਰਸ਼ਨ ਦੇਦਾਰੇ ਦੇ ਲਈ ਤੇ ਅਰਦਾਸ ਬੇਨਤੀਆਂ ਪ੍ਰਵਾਨ ਵੀ ਹੋਈਆਂ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਦੇ ਵੱਲੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੋਲਣ ਦੇ ਲਈ ਵਿਚਾਰ ਵਟਾਂਦਰੇ ਹੁੰਦੇ ਰਹੇ ਤੇ ਹੁਣ ਖਰੜੇ ਤਿਆਰ ਕਰ ਦਿੱਤੇ ਗਏ ਨੇ ਤੇ ਜਲਦ ਹੀ ਲਾਂਘਾ ਖੋਲਣ ਦੀਆਂ ਤਿਆਰੀਆਂ ਭਾਰਤ ਤੇ ਪਾਕਿਸਤਾਨ ਦੇ ਵੱਲੋਂ ਕਰ ਦਿੱਤੀਆਂ ਗਈਆਂ ਨੇ ਇਸੇ ਸਬੰਧ ਦੇ ਵਿੱਚ ਭਾਰਤ ਤੇ ਪਾਕਿਸਤਾਨ ਦੇ ਵਫਦ ਦੇ ਵੱਲੋਂ ਅਟਾਰੀ ਵਾਗਾ ਬਾਰਡਰ ਦੇ ਉੱਤੇ ਇੱਕ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਬਹੁਤ ਸਾਰੇ ਜਿਹੜੇ ਸਵਾਲ ਜਵਾਬ ਦੋਵਾਂ ਅਧਿਕਾਰੀਆਂ ਦੇ ਵੱਲੋਂ ਕੀਤੇ ਗਏ ਭਾਰਤ ਦੇ ਵੱਲੋਂ ਕਾਫੀ ਮੰਗਾਂ ਵੀ ਰੱਖੀਆਂ ਗਈਆਂ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਲੋਕਾਂ ਦੀ ਕਚਹਿਰੀ ਦੇ ਵਿੱਚ ਉਤਰੇ ਹਾਂ ਕਿ ਲੋਕ ਸੋਚਦੇ ਨੇ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਲਈ ਕੀ ਕੁਝ ਨਵਾਂ ਹੋਣਾ ਚਾਹੀਦਾ ਇੱਥੇ ਸਾਡੇ ਨਾਲ ਕੁਝ ਲੋਕ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਸੰਬੰਧੀ ਉਹ ਪੰਜਾਬ ਜਾਂ ਭਾਰਤ ਸਰਕਾਰ ਤੋਂ ਜਾਂ ਪਾਕਿਸਤਾਨ ਸਰਕਾਰ ਤੋਂ ਕੀ ਮੰਗ ਰੱਖਦੇ ਨੇ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਵਿੱਚ ਹੋਰ ਕੀ ਕੁਝ ਹੋਣਾ ਚਾਹੀਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਮੇਰਾ ਨਾਮ ਗੁਰਦੇਵਾਲ ਸਿੰਘ ਹੈ ਜੀ ਜੀ ਅਸੀਂ ਕਸ਼ਮੀਰ ਬਾਰਾਮੁਲਾ ਦੇ ਰਹਿਣ ਵਾਲੇ ਆਂ ਤੇ ਇੱਥੇ ਚੰਡੀਗੜ੍ਹ ਆਏ ਆਂ ਤੇ ਜਦੋਂ ਇਹ ਸਮਝੌਤਾ ਹੋਇਆ ਕਿ ਬਈ ਕਰਤਾਰਪੁਰ ਸਾਹਿਬ ਦਾ ਲਾਂਘਾ ਸਨੋ ਤੇ ਜਦੋਂ ਦੇ ਪੈਦਾ ਹੋਇਆ ਸਾਨੂੰ ਇੰਨੀ ਮੰਗ ਕਰਦੇ ਆ ਹੋਰ ਰੋਜ਼ ਅਰਦਾਸ ਕਰਦੇ ਆ ਕਿ ਅਸੀਂ ਉੱਥੇ ਜਾ ਕੇ ਮੱਥਾ ਟੇਕਿਆ ਪਹਿਲੇ ਤੇ ਹਿੰਦੁਸਤਾਨ ਕੋਲੋਂ ਜਦੋਂ ਪਾਰਟੀਸ਼ਨ ਹੋਈ ਹੈ ਉਦੋਂ ਗਲਤੀ ਹੋਈ ਹੈ ਕਿ ਬਈ ਇਹ ਇਲਾਕਾ 4 ਕਿਲੋਮੀਟਰ ਦਾ ਸੀ ਸਾਡੇ ਪ੍ਰਧਾਨ ਮੰਤਰੀ ਸਾਡੇ ਲੀਡਰਾਂ ਸਾਹਿਬਾਂ ਨੇ ਜਾ ਕੇ ਉਹ ਲਾਂਗੇ ਨੂੰ ਆਪਣੇ ਨਾਲ ਨਹੀਂ ਲਾਇਆ ਤੇ ਉਹ ਪਾਰਟੀਸ਼ਨ ਵਕਤ ਗਲਤੀ ਹੋਣ ਤੋਂ ਬਾਅਦ ਸਾਨੂੰ ਅਰਦਾਸ ਵਿੱਚ ਇਹ ਪਾਣਾ ਪਿਆ ਕਿ ਬਈ ਤੇ ਅਸੀਂ ਰੋਜ਼ ਜਾ ਕੇ ਉੱਥੇ ਦਰਸ਼ਨ ਕਰੀਏ ਸਾਨੂੰ ਦਰਵਾਜ਼ੇ ਖੋਲਣ ਤੇ ਸੜੀ ਦੀ ਅਰਦਾਸ ਦੀ ਹੁਣ ਕੁਝ ਉਹ ਅੰਤਿਮ ਹਾਰਨ ਕੀ ਬਈ ਅਸੀਂ ਸਾਡੀ ਉਹ ਗੁਰੂ ਜੀ ਨੇ ਸਵੀਕਾਰ ਕੀਤੀ ਹੈ ਕਿ ਸਾਡੀ ਅਰਦਾਸ ਨੂੰ ਮੰਨਿਆ ਤੇ ਸਾਨੂੰ ਉਹ ਮੌਕਾ ਮਿਲ ਰਿਹਾ ਹੁਣ ਉੱਥੇ ਜਾਣ ਦਾ ਤੇ ਸਾਡੀ ਮੇਰੀ ਪਰਸਨਲ ਮੰਗ ਇਹ ਹੈ ਕਿ ਅਸੀਂ ਰੋਜ਼ ਉੱਥੇ ਬੰਦ ਯਾਤਰੀ ਜਾਣ 5 ਤੋਂ 10000 15000 ਜਿੰਨੇ ਵੀ ਯਾਤਰੀ ਉੱਥੇ ਜਾ ਸਕਣ ਖੁੱਲੀ ਤਰੀਕੇ ਨਾਲ ਜਾ ਸਕਣ ਕੋਈ ਰੋਕ ਟੋਕ ਨਾ ਹੋਏ ਸਿਕਿਉਰਿਟੀ ਚੈੱਕ ਜ਼ਰੂਰ ਚਾਹੀਦੀ ਹੈ ਸਿਕਿਉਰਿਟੀ ਨੂੰ ਲੈਪਸ ਨਹੀਂ ਹੋਣਾ ਚਾਹੀਦਾ ਲੇਕਿਨ ਸਾਡੇ ਸਾਡੇ ਆਪਣੇ ਜਿਹੜੇ ਸਿੱਖ ਭਾਜੀ ਹੈ ਜਾਂ ਗੁਰੂ ਨਾਨਕ ਦੇਵ ਜੀ ਨੂੰ ਮੰਨਣ ਵਾਲਿਆਂ ਨੇ 18 ਸਾਲ ਉਥੇ ਬਤਾਏ ਹਨ ਆਪਣੀ ਚਾਰ ਉਦਾਸੀਆਂ ਕੰਪਲੀਟ ਕਰਕੇ ਉਥੇ ਰਹੇ ਹਨ ਤੇ ਸਾਨੂੰ ਬੜੀ ਸ਼ਰਧਾ ਨਾਲ ਉਥੇ ਜਾਣਾ ਚਾਹੀਦਾ ਹੈ ਤੇ ਕਿਸੇ ਨੇ ਵੀ ਕੋਈ ਬਰੀਚ ਨਹੀਂ ਕਰਨਾ ਸਿਕਿਉਰਿਟੀ ਦਾ ਤੇ ਇਸ ਕਰਕੇ ਅਸੀਂ ਵੀ ਰਿਸਪਾਂਸਿਬਲ ਆਦਮੀ ਹੋ ਕੇ ਸਿੱਖ ਕੌਮ ਹਿੰਦੁਸਤਾਨ ਦੀ ਇੱਕ ਰਿਸਪਾਂਸਿਬਲ ਕੌਮ ਹੈ ਤੇ ਅਸੀਂ ਉੱਥੇ ਜਾ ਕੇ ਯਾਤਰਾ ਕਰਾਂਗੇ ਕੋਈ ਸਿਕਿਉਰਿਟੀ ਬਰੀਚ ਨਹੀਂ ਹੋਏਗਾ ਤੇ ਉਹ ਕਮਿਟਮੈਂਟ ਹੋਣੀ ਚਾਹੀਦੀ ਹੈ ਸਾਰੇ ਹਰ ਇੱਕ ਪਰਸਨਲ ਬੰਦੇ ਨੂੰ ਤੇ ਜਾ ਕੇ ਜਿੰਨੇ ਤੋਂ ਜ਼ਿਆਦਾ ਜ਼ਿਆਦਾ ਲੋਕੀ ਉਥੇ ਜਾ ਸਕਦੇ ਅੱਛਾ ਸਰਕਾਰ ਦੇ ਵੱਲੋਂ ਕਿਹਾ ਗਿਆ ਹੈ ਕਿ ਲਾਂਗੇ ਦੇ ਲਈ ਕਿਤਨਾ ਕਿਤੇ ਜਿਹੜਾ ਵੀਜ਼ਾ ਤਾਂ ਨਾ ਹੋਵੇ ਚੱਲ ਜਾਵੇਗਾ ਪਰ ਨਾਲ ਦੀ ਨਾਲ ਪਾਸਪੋਰਟ ਜ਼ਰੂਰੀ ਕਰ ਦਿੱਤਾ ਗਿਆ ਹੈ ਪਾਸਪੋਰਟ ਹੋਣਾ ਚਾਹੀਦਾ ਦੇਖੋ ਜੀ ਪਾਸਪੋਰਟ ਵੀ ਜ਼ਰੂਰੀ ਹੋਣਾ ਚਾਹੀਦਾ ਬਿਲਕੁਲ ਠੀਕ ਹੈ ਲੇਕਿਨ ਸਾਡੇ ਭਾਈ ਸਾਹਿਬ ਜਾਂ ਸਾਡੇ ਹੋਰ ਕਈ ਐਸੇ ਲੋਕੀ ਹੁੰਦੇ ਨੇ ਨਾ ਉਹ ਆਪਣਾ ਪਾਸਪੋਰਟ ਨਹੀਂ ਬਣਾਉਂਦੇ ਕਿਉਂਕਿ ਅਨਐਜੂਕੇਟਿਡ ਲੋਕ ਹੁੰਦੇ ਨੇ ਪੜੇ ਲਿਖੇ ਨਹੀਂ ਹੁੰਦੇ ਉਹਨਾਂ ਨੂੰ ਕੋਈ ਰਿਕੁਆਇਰਮੈਂਟ ਨਹੀਂ ਹੁੰਦੀ ਪਾਸਪੋਰਟ ਦੀ ਪਾਸਪੋਰਟ ਜਿਹੜਾ ਕੋਈ ਬੰਦਾ ਬਾਹਰ ਫੋਰਨ ਜਾਂਦਾ ਤਾਂ ਆ ਹੀ ਪਾਸਪੋਰਟ ਬਣਾਉਂਦਾ ਤੇ ਆਦਰਵਾਇਜ਼ ਅਗਰ ਕਿਸੇ ਕੋਲ ਪਾਸਪੋਰਟ ਨਾ ਹੋਈ ਤੇ ਕੋਈ ਆਇਡੈਂਟੀਫਿਕੇਸ਼ਨ ਆਧਾਰ ਕਾਰਡ ਹੋਇਆ ਕੋਈ ਆਇਡੈਂਟੀਫਿਕੇਸ਼ਨ ਹੋਵੇ ਉਹ ਚੱਲ ਜਾਣਾ ਚਾਹੀਦਾ ਤਾਂਕਿ ਬੰਦੇ ਨੂੰ ਪਤਾ ਚੱਲੇ ਉਹਦਾ ਰਿਕਾਰਡ ਹੋਣਾ ਚਾਹੀਦਾ ਇਹ ਜ਼ਰੂਰੀ ਨਹੀਂ ਹੋਣਾ ਚਾਹੀਦਾ ਪਾਸਪਾਸਪੋਰਟ ਦੀ ਕੋਈ ਅਹਿਮੀਅਤ ਨਹੀਂ ਹੈ ਸਾਡੇ ਗੁਰੂ ਸਾਹਿਬ ਦੀ ਦਰਸ਼ਨ ਕਰਨ ਦੀ ਗੁਰੂ ਸਾਹਿਬ ਦੀ ਸਤਨੂ ਦਰਸ਼ਨ ਕਰਨ ਵਾਸਤੇ ਅੱਛਾ ਬਤੌਰ ਸਿੱਖ ਹੋਣ ਦੇ ਨਾਤੇ ਭਾਰਤ ਜਾਂ ਪਾਕਿਸਤਾਨ ਦੀ ਸਰਕਾਰ ਤੋਂ ਕੀ ਮੰਗ ਕਰਦੇ ਹੋ ਕਰਤਾਰਪੁਰ ਸਾਹਿਬ ਦੇ ਲੰਘੇ ਦੇ ਲਈ ਸਾਡੀ ਤਾਂ ਕੋਈ ਮੰਗ ਨਹੀਂ ਹੈ ਸਾਨੂੰ ਗੁਰੂ ਸਾਹਿਬ ਦੇ ਦਰਸ਼ਨ ਜਿਹੜੀ ਉਹਨਾਂ ਦੀ ਥਾਂ ਹੈ ਉੱਥੇ ਜਾ ਕੇ ਦਰਸ਼ਨ ਕਰਨ ਦੀ ਮੌਕਾ ਮਿਲਣਾ ਚਾਹੀਦਾ ਜੋ ਗਲਤੀ ਸਾਡੇ ਲੀਡਰਾਂ ਨੇ ਕੀਤੀ ਉਹ ਗਲਤੀ ਨੂੰ ਅੱਜ ਅਗਰ ਗੁਰੂ ਸਾਹਿਬ ਨੇ ਕੁਝ ਆਸ਼ੀਰਵਾਦ ਦਿੱਤਾ ਤੇ ਸਾਨੂੰ ਜਾ ਕੇ ਉੱਥੇ ਮੰਗ ਤੇ ਸਾਡੀ ਕੋਈ ਨਹੀਂ ਹੈ ਜੀ ਬਹੁਤ ਬਤਨਵਾ ਕੀ ਨਾਮ ਹੈ ਜੀ ਜਸਵੀਰ ਕੌਰ ਅੱਛਾ ਜਸਵੀਰ ਕੌਰ ਜੀ ਕੱਲ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਲਈ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਦਾ ਵਫ਼ਦ ਅਟਾਰੀ ਵਾਗਾ ਸਰਹੱਦ ਦੇ ਉੱਤੇ ਮਿਲਿਆ। ਉਹਨਾਂ ਨੇ ਭਾਰਤ ਸਰਕਾਰ ਨੇ ਪਾਕਿਸਤਾਨ ਸਰਕਾਰ ਦੇ ਕੋਲ ਮੰਗ ਰੱਖੀ ਹੈ ਕਿ ਜਿਹੜਾ ਲਾਂਘੇ ਦੇ ਲਈ ਯਾਤਰਾ ਦੇ ਲਈ ਯਾਤਰੀਆਂ ਨੂੰ 5000 ਜਿਹੜੇ ਯਾਤਰੀ ਹੈ ਉਹ ਇੱਕ ਦਿਨ ਦੇ ਦੌਰਾਨ ਦਰਸ਼ਨ ਕਰ ਸਕਣ। ਕੀ ਕੀ ਲੱਗ ਰਿਹਾ? ਠੀਕ ਹੈ 5000 ਤੋਂ ਜ਼ਿਆਦਾ ਵੀ ਹੋਣੇ ਚਾਹੀਦੇ। ਇਹ ਨਹੀਂ ਕਿ 5000 10000 ਵੀ 15000 ਵੀ ਜਾ ਸਕਦੇ ਨੇ ਜਿੰਨੀ ਜਿਸ ਦੀ ਸ਼ਰਤ ਹੈ ਉਹ ਜਾ ਕੇ ਉੱਥੇ ਗੁਰਦਾਰੇ ਮੱਥਾ ਟੇਕ ਸਕੇ। ਇਹ ਸਾਡੀ ਮੰਗ ਹੈ ਹੋਰ ਕੀ ਹੈ ਅੱਛਾ ਕੀ ਲੱਗ ਰਿਹਾ ਹੈ ਕਿ ਲੰਬੇ ਸਮੇਂ ਤੋਂ ਸਿੱਖ ਕੌਮ ਹੀ ਨਹੀਂ ਪੂਰੀ ਦੁਨੀਆ ਕਾਇਨਾਤ ਦੇ ਲੋਕ ਅਰਦਾਸ ਬੇਨਤੀਆਂ ਕਰ ਰਹੇ ਸਨ ਅਰਦਾਸ ਬੇਨਤੀਆਂ ਸਫਲ ਹੁੰਦੀਆਂ ਨਜ਼ਰ ਆ ਰਹੀਆਂ ਨੇ ਪ੍ਰਵਾਨ ਹੋ ਗਈਆਂ ਲੱਗਦੀਆਂ ਨੇ ਕਿ ਕੀ ਲੱਗ ਰਿਹਾ ਹੈ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਜੇਕਰ ਖੁੱਲ ਜਾਵੇਗਾ ਤਾਂ ਭਾਰਤ ਤੇ ਪਾਕਿਸਤਾਨ ਦੇ ਆਪਸੀ ਸਬੰਧਾਂ ਨੂੰ ਕਿਵੇਂ ਦੇਖਦੇ ਹੋ ਉਹ ਤੇ ਕੁਝ ਨਹੀਂ ਕਹਿ ਸਕਦੇ ਉਹ ਤੇ ਗਵਰਨਮੈਂਟ ਦੀ ਪਾਲਸੀ ਹੈ ਜਿਸ ਤਰ੍ਹਾਂ ਦੇ ਉਹ ਕਰਨਗੇ ਬਾਕੀ ਸਾਡਾ ਇਹ ਹੀ ਮਕਸਦ ਹੈ ਕਿ ਅਸੀਂ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਦਰਸ਼ਨ ਕਰ ਸਕੀਏ ਅੱਛਾ ਅੱਛਾ ਵੀਜ਼ੇ ਦੇ ਸਬੰਧ ਦੇ ਵਿੱਚ ਵੀ ਗੱਲਬਾਤ ਹੋਈ ਹੈ ਤੇ ਨਾਲ ਦੀ ਨਾਲ ਪਾਸਪੋਰਟ ਦੀ ਜਿਹੜੇ ਨਿਜ਼ਮ ਹੈ ਉਹਦੇ ਵਿੱਚ ਕਿਹਾ ਜਾ ਰਿਹਾ ਕਿ ਪਾਸਪੋਰਟ ਵੀ ਜ਼ਰੂਰੀ ਰੱਖਿਆ ਗਿਆ ਤੁਹਾਨੂੰ ਨਹੀਂ ਲੱਗਦਾ ਕਿ ਬਹੁਤ ਸਾਰੇ ਲੋਕਾਂ ਦੇ ਕੋਲ ਪਾਸਪੋਰਟ ਨਹੀਂ ਹੋਵੇਗਾ ਉਹ ਕਿਵੇਂ ਜਾਣਗੇ ਉਹਨਾਂ ਨੂੰ ਤਾਂ ਬਸ ਆਈਡੈਂਟੀਫਿਕੇਸ਼ਨ ਹੋਣੀ ਚਾਹੀਦੀ ਹੈ ਓਧਾਰ ਕਾਰਡ ਹੋਣਾ ਚਾਹੀਦਾ ਆਈਡੀ ਕਾਰਡ ਹੋਣਾ ਚਾਹੀਦਾ ਕਿਉਂਕਿ ਸਾਰਿਆਂ ਕੋਲ ਤੇ ਪਾਸਪੋਰਟ ਹੈ ਨਹੀਂ ਹੈ ਕਈ ਬੰਦੇ ਐਸੇ ਹਨ ਜਨਾਂ ਦੇ ਆ ਪਾਸਪੋਰਟ ਨਹੀਂ ਹੋ ਸਕਤੇ ਤੇ ਇਸ ਤਰ੍ਹਾਂ ਤਾਂ ਹੋਣਾ ਚਾਹੀਦਾ ਕਿ ਇੱਕੋ ਆਈਡੀ ਕਾਰਡ ਹੋਵੇ ਜਿਸ ਦੀ ਵਜ੍ਹਾ ਕਰਕੇ ਤੁਸੀਂ ਮਤਲਬ ਉੱਥੇ ਜਾ ਕੇ ਮੱਥਾ ਟੇਕਣ ਤਾਂ ਕਿ ਸਾਡੀ ਛੜ ਦਾ ਪੂ ਇਹ ਬਹੁਤ ਬਹੁਤ ਧੰਨਵਾਦ ਇੱਥੇ ਅਸੀਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਦਾ ਵੀ ਇਹੋ ਕਹਿਣਾ ਹੈ ਕਿ ਚਾਹੇ ਪਾਸਪੋਰਟ ਪਾਸਪੋਰਟ ਹੋਵੇ ਜਾਂ ਨਾ ਹੋਵੇ ਪਰ ਕਰਤਾਰਪੁਰ ਸਾਹਿਬ ਦੇ ਲਈ ਜਾਣ ਦੇ ਲਈ ਖੁੱਲ੍ਹਣੀ ਚਾਹੀਦੀ ਹੈ ਗਿਣਤੀ ਯਾਤਰੀਆਂ ਦੀ ਕੋਈ ਗਿਣਤੀ ਨਹੀਂ ਹੋਣੀ ਚਾਹੀਦੀ ਕਿਸੇ ਨੂੰ ਵੀ ਜਾਣ ਦੀ ਆਗਿਆ ਹੋਣੀ ਚਾਹੀਦੀ ਹੈ ਚਾਹੇ ਗਿਣਤੀ 5000 ਹੋਵੇ ਚਾਹੇ 10000 ਹਾਲਾਂਕਿ ਕੁੱਲ ਮਿਲਾ ਕੇ ਲੋਕਾਂ ਦਾ ਇਹੋ ਕਹਿਣਾ ਹੈ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਲਈ ਹਰ ਇੱਕ ਨੂੰ ਜਾਣ ਦੀ ਆਗਿਆ ਹੋਣੀ ਚਾਹੀਦੀ ਹੈ ਇੱਥੇ ਰੁਕਦੇ ਹਾਂ ਇੱਕ ब्रेक ਤੋਂ ਬਾਅਦ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪੰਜਾਬ ਬੋਲਦਾ ਦੇ ਵਿੱਚ ਪਿਛਲੇ 70 ਸਾਲ ਦੀਆਂ ਅਰਦਾਸ ਬੇਨਤੀਆਂ ਦੇ ਉੱਤੇ ਪੰਜਾਬ ਕੀ ਬੋਲਦਾ ਹੈ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਤੇ ਲੋਕ ਬਹੁਤ ਸਾਰੇ ਵਿਚਾਰ ਸਾਡੇ ਸਾਹਮਣੇ ਪੇਸ਼ ਕਰ ਰਹੇ ਨੇ ਹੁਣ ਵੀ ਸਾਡੇ ਨਾਲ ਕੁਝ ਲੋਕ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਕਰਤਾਰਪੁਰ ਸਾਹਿਬ ਦੇ ਲੰਗ ਦੇ ਸਬੰਧ ਦੇ ਵਿੱਚ ਉਹ ਕੀ ਸੋਚਦੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਮੇਰਾ ਨਾਮ ਸਰਦਾਰ ਬਲਬੀਰ ਸਿੰਘ ਜੀ ਅਛਾ ਬਲਬੀਰ ਸਿੰਘ ਜੀ ਕੱਲ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਦਾ ਵਫਦ ਅਟਾਰੀ ਵਾਗਾ ਸਰਹੱਦ ਦੇ ਉੱਤੇ ਮਿਲਿਆ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਸਬੰਧ ਦੇ ਵਿੱਚ ਗੱਲਬਾਤ ਹੋਈ ਹੈ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਵਿਚਾਰ ਹੋਈਆ ਬਤੌਰ ਸਿੱਖ ਹੋਣ ਦੇ ਨਾਤੇ ਤੁਹਾਡੀ ਕੀ ਮੰਗ ਹੈ ਦੇਖੋ ਜੀ ਮੈਂ ਐਜ਼ ਅ ਰੇਲਵੇ এমਪਲੋਏ ਰੇਲ ਕੋਚ ਫੈਕਟਰੀ ਕਪੂਰਥਲਾ ਤੋਂ ਮੈਂ ਬੋਲ ਰਿਹਾ ਬਲਬੀਰ ਸਿੰਘ ਜੀ ਦੇਖੋ ਜੀ ਮੇਰੀ ਤਾਂ ਇੱਕੋ ਹੀ ਮੰਗ ਹੈ ਕਿ ਜੋ ਸਟੈਪਸਰੀ ਨਵਜੋਤ ਸਿੰਘ ਸਿੱਧੂ ਜੀ ਨੇ ਸਾਡੇ ਮੰਤਰੀ ਸਾਹਿਬ ਨੇ ਚੁੱਕਿਆ ਸੀ ਉਸ ਸਟੈਪ ਨੂੰ ਪੂਰਾ ਹੋਣਾ ਚਾਹੀਦਾ ਹੈ ਤੇ ਪੂਰੇ ਆਬਾਮ ਨੂੰ ਖੁੱਲੇ ਦਰਸ਼ਨਾ ਵਾਸਤੇ ਲੰਘਾ ਖੁੱਲਣਾ ਚਾਹੀਦਾ ਹੈ ਔਰ ਮੇਰੀ ਇੱਕੋ ਮੰਗ ਹੈ ਕਿ ਅਸੀਂ ਰੇਲ ਕੋਚ ਫੈਕਟਰੀ ਹਰ ਤਰ੍ਹਾਂ ਦੇ ਡੱਬੇ ਬਣਾਉਂਦੇ ਆ ਠੀਕ ਹੈ ਜੀ ਸਾਡੇ ਵਾਸਤੇ ਮਤਲਬ ਖੁੱਲਾ ਲੰਘਾ ਟ੍ਰੇਨ ਦਾ ਹੋਣਾ ਚਾਹੀਦਾ ਠੀਕ ਹੈ ਜੀ ਆਮ ਜਨਤਾ ਸਾਰਾ ਆਬਾਮ ਉਸ ਮਤਲਬ ਗੁਰਦਵਾਰ ਸਾਹਿਬ ਦੇ ਦਰਸ਼ਨ ਕਰਨ ਅੱਛਾ ਲਗਾਤਾਰ ਸਰਕਾਰ ਦੇ ਵੱਲੋਂ ਵੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ ਇਥੇ ਭਾਰਤ ਸਰਕਾਰ ਪਾਕਿਸਤਾਨ ਦੋਨਾਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਹਾਲਾਂਕਿ ਹੁਣ ਕੋਸ਼ਿਸ਼ਾਂ ਸਫਲ ਹੁੰਦੀਆਂ ਨਜ਼ਰ ਆ ਰਹੀਆਂ ਨੇ ਪਰ ਇੱਕ ਇਹਦੇ ਵਿੱਚ ਗੱਲ ਇਹ ਹੈ ਕਿ ਸਰਕਾਰ ਦਾ ਕਹਿਣਾ ਹੈ ਕਿ ਪਾਸਪੋਰਟ ਜਿਹੜਾ ਹੈ ਉਹ ਲਾਜ਼ਮੀ ਹੋਣਾ ਚਾਹੀਦਾ ਹੈ ਪਾਸਪੋਰਟ ਦੇ ਜ਼ਰੀਏ ਹੀ ਦਰਸ਼ਨ ਕੀਤੇ ਜਾਣੇ ਚਾਹੀਦੇ ਨੇ ਕੀ ਲੱਗ ਰਿਹਾ ਦੇਖੋ ਜੀ ਅਗਰ ਇਹ ਤਾਂ ਦੇਖੋ ਜੀ ਦੇਸ਼ਾਂ ਦੀ ਗੱਲ ਹੈ ਮੈਂ ਆਮ ਸਾਡਾ ਦੇਖੋ ਬਾਰਡਰ ਦੇ ਨਾਲ ਪੰਜਾਬ ਪੈਂਦਾ ਹੈ ਠੀਕ ਹੈ ਜੀ ਔਰ ਇੱਥੋਂ ਚੰਦ ਦੂਰੀ ਤੇ ਸਾਡਾ ਗੁਰਦਰਾ ਸਾਹਿਬ ਹੈ ਤੇ ਮੈਂ ਇਹ ਜ਼ਰੂਰਤ ਨਹੀਂ ਮਹਿਸੂਸ ਕਰਦਾ ਕਿ ਸਾਡੇ ਕੋਲ ਪਾਸਪੋਰਟ ਹੋਣਾ ਚਾਹੀਦਾ ਜਿਸ ਤਰ੍ਹਾਂ ਅਸੀਂ ਆਮ ਬੱਸਾਂ ਤੇ ਵੀ ਸਫ਼ਰ ਕਰਦੇ ਹਾਂ ਟ੍ਰੇਨਰ ਸਫ਼ਰ ਕਰਦੇ ਹਾਂ ਇਸੇ ਤਰ੍ਹਾਂ ਸਾਨੂੰ ਗੁਰੂਰ ਸਾਹਿਬ ਦੇ ਦਰਸ਼ਨ ਹੋਣੇ ਚਾਹੀਦੇ ਨੇ ਜੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਕਿੱਚ ਕਾ ਜੀ ਕੀ ਨਾਮ ਹੈ ਜੀ ਐਮਪੀ ਸਿੰਘ ਬਰਨਾਂ ਮੈਂ ਅੱਛਾ ਐਮਪੀ ਸਿੰਘ ਜੀ ਕੱਲ ਕਰਤਾਰਪੁਰ ਸਾਹਿਬ ਦੇ ਯੱਕਰ ਲਾਂਘੇ ਦੀ ਗੱਲ ਕਰੀ ਤਾਂ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਲਈ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਦਾ ਆਪਸ ਦੇ ਵਿੱਚ ਜਿਹੜੀ ਬੈਠਕ ਹੋਈ ਹੈ ਬੈਠਕ ਦੇ ਵਿੱਚ ਭਾਰਤ ਸਰਕਾਰ ਨੇ ਪਾਕਿਸਤਾਨ ਤੋਂ ਮੰਗ ਰੱਖੀ ਹੈ ਕਿ ਘੱਟੋ ਘੱਟ ਇੱਕ ਦਿਨ ਦੇ ਵਿੱਚ 5000 ਯਾਤਰੀ ਉੱਥੇ ਜਾ ਸਕਣ ਇਹੋ ਜਿਹੀ ਵਿਵਸਥਾ ਬਣਾਈ ਜਾਵੇ ਕੀ ਲੱਗ ਰਿਹਾ ਹੈ ਕਿ ਜੇਕਰ 5000 ਯਾਤਰੀ ਜਾਣਗੇ ਤਾਂ ਬਹੁਤ ਜ਼ਿਆਦਾ ਯਾਤਰੀ ਮਹਿਸੂਸ ਕਰਦੇ ਹੋ ਉਹ ਦੇਖੋ ਜੀ 5000 ਜਿਹੜਾ ਹੈ ਉਹ ਘੱਟ ਵੀ ਹੋ ਸਕਦਾ ਤੇ ਜ਼ਿਆਦਾ ਵੀ ਹੋ ਸਕਦਾ ਹੈ ਆਈ ਥਿੰਕ 5000 ਇਜ਼ ওকে ਇਹ ਪਹਿਲੇ ਇਤਨੇ ਯਾਤਰੀ ਜਨਰੇਟ ਕਰਨਾ ਬੜੇ ਮੁਸ਼ਕਲ ਹੁੰਦੇ ਨੇ ਕਿਉਂਕਿ ਕਨਸੈਪਟ ਨਹੀਂ ਹੈ ਕਿ ਅਸੀਂ ਕਿੱਥੇ ਜਾਣਾ ਹੈ ਕਿਹੜਾ ਗੁਰਦੁਆਰਾ ਸਾਹਿਬ ਹੈ ਕੀ ਹੈ ਸਭ ਨੂੰ ਨਹੀਂ ਮਾਲੂਮ ਤੇ ਬੈਸਟ ਹੈ ਕਿ ਠੀਕ ਹੈ 5000 ਤੋਂ ਅਗਰ ਵੱਧ ਵੀ ਹੋ ਜਾਂ ਤਾਂ ਕੋਈ ਬੁਰੀ ਗੱਲ ਨਹੀਂ ਹੈ अच्छा करतारपुर साहिब ਦੇ ਵਿੱਚ ਲੰਬਾ ਸਮਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਆਪਣਾ ਸਮਾਂ ਬਤਾਇਆ ਹੈ ਤੁਹਾਡੀ ਬਤੌਰ ਸਿੱਖ ਹੋਣ ਦੀ ਕਿੰਨੀ ਕਿ ਚਾਹਤ ਹੈ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਜਾਣ ਗੱਲ ਸਰ ਜੀ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਜਿਹੜੀ ਹੈ ਯੂ ਪਿਕ ਅਪ दैट ਫਿਲਾਸਫੀ ਵੈਨ ਯੂ ਗੋ ਟੂ ਅ ਪਲੇਸ ਵੈਨ ਯੂ ਲਰਨ एवरीथिंग अबाउट ਇਟ ਆਈ ਥਿੰਕ ਥਿਸ ਇਜ਼ ਅ ਗੁੱਡ ਥਿੰਗ ਪੀਰੇ ਸਾਹਿਬ ਨਾਲ ਇਹ ਸਾਡੀ ਮਾਡਰਨ ਜਨਰੇਸ਼ਨ ਨੂੰ ਬੜਾ ਐਜੂਕੇਟ ਕਰੇਗੀ ਔਰ ਉਹ ਸਿੱਧੇ ਰਸਤੇ ਉੱਪਰ ਲਿਆਂਦੀ ਕੋਸ਼ਿਸ਼ ਕਰੇਗੀ। ਥੈਟ ਅੱਛਾ ਜੇਕਰ ਲਾਂਘਾ ਖੁੱਲਦਾ ਤਾਂ ਆਉਣ ਵਾਲੀ ਜਨਰੇਸ਼ਨ ਦੀ ਤੁਸੀਂ ਗੱਲ ਕੀਤੀ ਹੈ ਨੌਜਵਾਨਾਂ ਦੇ ਲਈ ਲਾਂਘੇ ਦਾ ਕਿੰਨਾ ਕੁ ਮਹੱਤਵ ਹੋਵੇਗਾ ਨੌਜਵਾਨਾਂ ਦੇ ਉੱਤੇ ਕਿੰਨਾ ਕੁ ਅਸਰ ਦੇਖਣ ਨੂੰ ਮਿਲਦਾ ਹੈ ਜੇਕਰ ਲਾਂਘਾ ਖੁੱਲਦਾ ਤੇ ਉਹ ਦਰਸ਼ਨ ਕਰਨ ਦੇ ਲਈ ਜਾਂਦੇ ਨੇ। ਉਹ ਉਹਨਾਂ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਕਿਉਂਕਿ ਸਾਡੀ ਜਿਹੜੀ ਕੌਮ ਦੇ ਨੌਜਵਾਨ ਲੜਕੇ ਨੇ ਬਹੁਤ سارے ਜਿਹੜੇ ਨੇ ਉਹ ਟਰੈਕ ਤੋਂ ਬਾਹਰ ਚਲੇ ਗਏ ਨੇ। ਉਥੇ ਜਾ ਕੇ ਤੁਹਾਨੂੰ ਇੱਕ ਵੇ ਆਫ ਲਾਈਫ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਉਹ ਪਤਾ ਚੱਲਦੀ ਹੈ ਉਹ ਬੜੀ ਅੱਛੀ ਗੱਲ ਹੈ ਯੰਗ ਆਦਮੀ ਵਾਸਤੇ ਬੜੀ ਅੱਛੀ ਗੱਲ ਹੈ ਇਫ ਯੂ ਵਾਟ ਟੂ ਗੈਟ ਐਜੂਕੇਟਿਡ ਯੂ ਮਸਟ ਗੋ देयर ਅੱਛਾ ਲੰਬੇ ਸਮੇਂ ਤੋਂ 70 ਸਾਲ ਤੋਂ ਅਰਦਾਸ ਬੇਨਤੀਆਂ ਕੀਤੀਆਂ ਜਾ ਰਹੀਆਂ ਸਨ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੁੱਲਣ ਨੂੰ 70 ਸਾਲ ਕਿਉਂ ਲੱਗ ਗਏ ਇਸ ਤੋਂ ਪਹਿਲਾਂ ਕਿਉਂ ਨਹੀਂ ਖੁੱਲੇ ਗਿਆ ਸਹੀ ਗੱਲ ਹੈ ਜੀ ਇਹ ਦੋ ਗਵਰਨਮੈਂਟ ਨੇ ਐਗਰੀ ਕਰਨਾ ਹੈ ਵੀ 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 ਆਰ ਡ੍ਰੌਨ ਐਨਮੀਜ਼ ਫॉर द ਲਾਸਟ 70 ইয়ার্স ਜਦ ਤੱਕ ਸਾਡੀ ਦੋਸਤੀ ਨਹੀਂ ਆਉਂਦੀ ਤਦ ਤੱਕ ਇਹ ਚੀਜ਼ਾਂ ਨਹੀਂ ਆਸਾਦੀ ਹੈ ਨਾਓ ਯੂ ਆਰ ਹੈਡਿੰਗ ਟੂਵਰਡਸ ਫਰੈਂਡਸ਼ਿਪ ਐਂਡ ਵਾਂਸ ਯੂ ਆਰ ਹੈਡਿੰਗ ਟੂਵਰਡਸ ਫਰੈਂਡਸ਼ਿਪ ਯੂ ਹੈਵ ਅ ਚਾਂਸ ਆਫ ਇੰਪਰੂਵਿੰਗ ਦ ਰਿਲੇਸ਼ਨ ਇਕਨੋਮਿਕ ਸਿਸਟਮ ਐਂਡ ਦ ਕਲਚਰਸ which is very important i think this is right ਅੱਛਾ ਜੇਕਰ ਭਾਰਤ ਸਰਕਾਰ ਦੀ ਗੱਲ ਕਰੀਏ ਤਾਂ ਭਾਰਤ ਸਰਕਾਰ ਦੇ ਵੱਲੋਂ ਵੀ ਕਰਤਾਰਪੁਰ ਸਾਹਿਬ ਦਾ ਲੰਘ ਖੋਲਣ ਦੇ ਲਈ ਹੰਬਲੇ ਮਾਰੇ ਜਾ ਰਹੇ ਨੇ ਕ੍ਰੈਡਿਟ ਕਿਹਨੂੰ ਦੇ ਰਹੇ ਹੋ ਭਾਰਤ ਸਰਕਾਰ ਨੂੰ ਮੈਂ ਜ਼ਰੂਰ ਕ੍ਰੈਡਿਟ ਦੇਵਾਂਗਾ ਬਾਕੀ ਜਿਹੜਾ ਮਿਸਟਰ ਸਿੱਧੂ ਦਾ ਜਿਹੜਾ ਐਕਸ਼ਨ ਹੈ ਉਹ ਥੋੜਾ ਆਪਣੇ ਹਿਸਾਬ ਨਾਲ ਉਹਦਾ ਜਿਹੜਾ ਦੇਖੋ ਨਾ ਯੂ ਹੈਵ ਟੂ ਰਨ ਵਿਦ ਅ ਫੋਰਨ ਪਾਲਸੀ ਦੇ ਹਿਸਾਬ ਨਾਲ ਆਪਣੇ ਚੱਲਣਾ ਪੈਂਦਾ ਹੈ you cannot jump the line and go and create something this has been going on now it is they agree it is a wonderful thing parsadar nu har hal de vich current milna chahida even pakistan sarkar nu bhi current milna chahida no, no, no. when they agree to open this this is a wonderful thing imran khan de vallon bhi koshishein kitiyan ja rahiyan hai pakistan de pradhan mantri vallon unna de vallon bhi kartarpur sahib da jehda corridor hai onu banon de layi janghi padhde de utte kam kita ja rahe hai ਹਾਲਕੀ ਬਹੁਤ ਸਾਰੀਆਂ ਅੜਚਣਾਂ ਵੀ ਇਸ ਮਾਮਲੇ ਦੇ ਵਿੱਚ ਦੇਖੀਆਂ ਜਾ ਰਹੀਆਂ ਹਨ ਕੀ ਅਰਦਾਸ ਕਰਦੇ ਹੋ ਕਿ ਇਹਨਾਂ ਅੜਚਣਾਂ ਨੂੰ ਜਲਦ ਤੋਂ ਜਲਦ ਖਤਮ ਕਰਕੇ ਲੰਘਾ ਕਿੰਨੀ ਜਲਦੀ ਤੋਂ ਜਲਦੀ ਬਣਾਇਆ ਜਾਣਾ ਚਾਹੀਦਾ ਹੈ ਇਹ ਡਿਪੈਂਡ ਕਰਦਾ ਜੀ ਦੋਨੋਂ ਸਰਕਾਰਾਂ ਉਪਰ ਵੈਸੇ Imran Khan has done a good job ਉਸਨੇ ਵੀ ਐਗਰੀ ਕੀਤਾ ਇਨੀਸ਼ੀਏਟਿਵ ਲੈਂਦਾ ਹੈ ਔਰ BJP ਸਰਕਾਰ ਨੇ ਵੀ ਬੜਾ ਇਨੀਸ਼ੀਏਟਿਵ ਲੀਤਾ ਹੈ ਔਰ ਉੱਥੇ ਪੰਜਾਬ ਦੀ ਗਵਰਨਮੈਂਟ ਨੇ ਵੀ ਬੜਾ ਲਿਆ ਹੈ ਇਹ ਤਿੰਨੋਂ ਮਿਲ ਕੇ ਜਿੰਨੀ ਜਲਦੀ ਕਰਨਗੇ ਇਤਨਾ ਬੈਟਰ ਹੋਏਗਾ Uh, the first thing is they are going to generate lot of economy for pakistan not for india our visitors will be going there they will generate lot of economy it is their uh, objective ke kitni jaldi bhi tusi complete karoge bahut bahut dhanwad beshak lok sabha chouna neede ne par chouna de neede hon de bavjood bhi sikh kaum di ajje bhi ohi ardas hai ki ਚਾਹੇ ਚੋਣਾ ਦੇ ਮੱਦੇ ਨਜ਼ਰ ਹੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ ਜਾਵੇ ਪਰ ਸਿੱਖ ਕੌਮ ਚਾਹੁੰਦੀ ਹੈ ਕਿ ਭਾਰਤ ਤੇ ਪਾਕਿਸਤਾਨ ਦੀ ਜਿਹੜੀ ਸਰਹੱਦ ਹੈ ਇਸ ਪਾਰ ਤੋਂ ਉਸ ਪਾਰ ਆਉਣ ਜਾਣ ਦੇ ਲਈ ਬਿਨਾਂ ਕਿਸੇ ਰੋਕ ਟੋਕ ਤੇ ਜਿਹੜਾ ਸਿੱਖ ਕੌਮ ਹੈ ਉਹ ਗੁਰਦੁਆਰੇ ਦੇ ਦਰਸ਼ਨ ਕਰ ਸਕਣ ਸੋ ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਅਚਰਾ ਸਿੰਘ ਜੀ ਅੱਛਾ ਅਚਰ ਸਿੰਘ ਜੀ ਕੀ ਲੱਗ ਰਿਹਾ ਕਿ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਦੇ ਵੱਲੋਂ ਆਪਸੀ ਗੱਲਬਾਤ ਦੇ ਨਾਲ ਲਾਂਗਾ ਖੋਲਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੱਲ ਰਣਨੀਤਿਕ ਪੱਧਰ ਦੇ ਉੱਤੇ ਅਟਾਰੀ ਵਾਗਾ ਸਰਹੱਦ ਦੇ ਉੱਤੇ ਗੱਲਬਾਤ ਹੋਈ ਭਾਰਤ ਤੇ ਪਾਕਿਸਤਾਨ ਦੇ ਸਰਕਾਰਾਂ ਦੇ ਕੋਲੋਂ ਬਤੌਰ ਸਿੱਖ ਹੋਣ ਦੇ ਨਾਤੇ ਕੀ ਮੰਗ ਰੱਖਦੇ ਹੋ ਨਹੀਂ ਬਹੁਤ ਵਧੀਆ ਗੱਲਬਾਤ ਹੋਈ ਹੈ ਜੀ ਕੱਲ ਜੋ ਉਹਨਾਂ ਨੇ ਪਹਿਲਾਂ 500 ਨਰ ਜਥਾ ਕਹਿੰਦੇ ਜਾਊਗਾ ਹੁਣ 5000 ਕਰ ਦਿੱਤਾ ਬਹੁਤ ਵਧੀਆ ਗੱਲ ਹੈ ਜੀ ਉਹਨਾਂ ਨੇ ਜੋ ਪ੍ਰੋਗਰਾਮ ਉਹਨਾਂ ਨੇ ਬਸਾਖੀ ਦਾ ਜਾਂ ਕੋਈ ਬਾਬਾ ਨਾਨਕੀ ਆ 550 ਉੱਥੇ 15000 ਦਾ ਉਹਦਾ ਕਰ ਦਿੱਤਾ ਬਹੁਤ ਵਧੀਆ ਗੱਲ ਹੈ ਜੋ ਭਾਰਤ ਸਰਕਾਰ ਨੇ ਇਧਰੋਂ ਆਪਣਾ ਹੈਰੀਟੇਜ ਬਣਾਉਣਾ ਉਹ ਬਹੁਤ ਜੋ ਕੱਲ ਉਹਨਾਂ ਨੇ ਬਣਾਇਆ ਉਹਦਾ ਜੋ ਨਕਸ਼ਾ ਪੇਸ਼ ਕੀਤਾ ਬਹੁਤ ਹੀ ਦੇਖਣਯੋਗ ਹੈ ਅੱਛਾ ਭਾਰਤ ਤੇ ਪਾਕਿਸਤਾਨ ਦੇ ਜਿਹੜੇ ਰਿਸ਼ਤਿਆਂ ਦੀ ਗੱਲ ਕਰੀਏ ਤਾਂ ਤਣਾਅ ਵਾਲੇ ਨੇ ਇਸੇ ਵਿੱਚ ਲਾਂਗਾ ਖੁੱਲਣ ਦੀ ਗੱਲ ਚੱਲ ਰਹੀ ਹੈ ਕੀ ਲੱਗ ਰਿਹਾ ਹੈ ਕਿ ਲਾਂਗਾ ਖੁੱਲਣ ਦੇ ਵਿੱਚ ਬਹੁਤੀ ਦੇਰੀ ਦੋਵੇਂ ਸਰਕਾਰਾਂ ਦੇ ਵੱਲੋਂ ਨਹੀਂ ਲਗਾਈ ਜਾਵੇਗੀ ਨਹੀਂ ਜੀ ਰਿਸ਼ਤਿਆਂ ਦੀ ਕੋਈ ਖਟਾਸ ਤਾਂ ਆਈ ਸੀ ਬਾਰਡਰ ਤੇ ਰੌਲਾ ਪਿਆ ਸੀ ਪਰ ਉਹ ਜਿਵੇਂ ਲਾਂਗਾ ਇਹਦੇ ਕਰਕੇ ਸ਼ਾਇਦ ਦੋਨੇ ਆਪਣੇ ਦੇਸ਼ਾਂ ਦੇ ਵਿੱਚ ਵਧੀਆ ਪ੍ਰੋਗਰਾਮ ਬਣ ਜਵੇ ਬਹੁਤ ਵਧੀਆ ਗੱਲ ਹੈ ਜੀ ਅੱਛਾ 70 ਸਾਲ ਤੋਂ ਸਿੱਖ ਕੌਮ ਹੀ ਨਹੀਂ ਪੂਰੀ ਦੁਨੀਆ ਦੇ ਲੋਕ ਅਰਦਾਸ ਬੇਨਤੀਆਂ ਕਰ ਰਹੇ ਨੇ ਲਾਂਗਾ ਜੇਕਰ ਖੁੱਲਦਾ ਤਾਂ ਪਹਿਲੇ ਵਫ਼ਦ ਦੇ ਨਾਲ ਜਾਓਗੇ ਬਿਲਕੁਲ ਜਾਵਾਂਗੇ ਸਾਨੂੰ ਮੌਕਾ ਮਿਲੂਗਾ ਬਿਲਕੁਲ ਜਾਵਾਂਗੇ ਜੀ ਇਹ ਬਹੁਤ ਹੀ 70 ਸਾਲ ਦੇ ਵਿੱਚ ਸਾਰੀਆਂ ਸਰਕਾਰਾਂ ਨੇ ਉਹ ਕਰਿਆ ਹੁਣ ਪਰ ਜੀ ਨੂੰ ਵੀ ਇਹ ਮਿਲਣ ਦਾ ਮੌਕਾ ਜੀ ਨੂੰ ਲੱਗਣਾ ਚਾਹਣ ਜਿਹਦੇ ਨਾਂ ਤੇ ਖੁੱਲਿਆ ਬਹੁਤ ਵਧੀਆ ਗੱਲ ਹੈ ਜੀ ਪਰ ਇੱਕ ਸਵਾਲ ਇਹ ਵੀ ਹੈ ਕਿ 70 ਸਾਲ ਤੋਂ ਅਰਦਾਸ ਬੇਨਤੀਆਂ ਕਰਨ ਦੇ ਬਾਵਜੂਦ ਇੰਨਾ ਲੰਬਾ ਸਮਾਂ ਸਿੱਖ ਕੌਮ ਨੂੰ ਜਾਂ ਪੂਰੀ ਦੁਨੀਆ ਦੇ ਲੋਕਾਂ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਲਈ ਜਾਣ ਤੋਂ ਕਿਉਂ ਰੋਕਿਆ ਗਿਆ ਇੰਨੀ ਦੇਰੀ ਕਿਉਂ ਲੱਗੀ ਸਰਕਾਰਾਂ ਦੇ ਕੋਲ ਉਹ ਸਰਕਾਰਾਂ ਦਾ ਪਤਾ ਨਹੀਂ ਕੀ ਸੀਗਾ ਕਿਦਾਂ ਉਹਨਾਂ ਦਾ ਆਪਦਾ ਉਹ ਮਸਲਾ ਸੀ ਬਾਰਡਰ ਤੇ ਰੌਲਾ ਪੈ ਗਿਆ ਕਦੇ ਕੁਝ ਹੋ ਗਿਆ ਪਰ ਹੁਣ ਜੋ ਹੈ ਵਧੀਆ ਗੱਲ ਹੈ ਜੋ ਕੀ ਲੱਗ ਰਿਹਾ ਹੈ ਕਿ ਜੋ ਭਾਰਤ ਜਾਂ ਪਾਕਿਸਤਾਨ ਦੀ ਸਰਕਾਰ ਦੇ ਵੱਲੋਂ ਲਾਂਘਾ ਖੋਲਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ ਪਹਿਲ ਦੇ ਆਧਾਰ ਦੇ ਉੱਤੇ ਕ੍ਰੈਡਿਟ ਕਿਹਨੂੰ ਦੇਣਾ ਚਾਹੁੰਦੇ ਹੋ ਕ੍ਰੈਡਿਟ ਤਾਂ ਜੋ ਮੌਕੇ ਦੀ ਸਰਕਾਰਾਂ ਨੇ ਉਹਨਾਂ ਨੂੰ ਮਿਲ ਲੈਂਦੀ ਜੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਜਗਪਾਲ ਸਿੰਘ ਜੀ ਅੱਛਾ ਜਗਪਾਲ ਸਿੰਘ ਜੀ ਪਾਕਿਸਤਾਨ ਤੇ ਭਾਰਤ ਦੇ ਦਰਮਿਆਨ ਤਣਾਅ ਦੇ ਮਾਹੌਲ ਦੇ ਵਿੱਚ ਲਾਂਗਾ ਖੋਲਣ ਦੀ ਪਹਿਲ ਚੱਲ ਰਹੀ ਹੈ ਮੀਟਿੰਗ ਵੀ ਹੋਈ ਹੈ ਮੀਟਿੰਗ ਦੇ ਵਿੱਚ ਕੁਝ ਵਿਚਾਰ ਰੱਖੇ ਗਏ ਨੇ ਕੀ ਲੱਗ ਰਿਹਾ ਹੈ ਕਿ ਲਾਂਗੇ ਨੂੰ ਖੋਲਣ ਦੇ ਲਈ ਦੋਵੇਂ ਸਰਕਾਰਾਂ ਕਿੰਨੀ ਜਲਦੀ ਤੋਂ ਜਲਦੀ ਜਿਹੜੇ ਕਦਮ ਹੈ ਉਹ ਪੁੱਟਣ ਦੀ ਕੋਸ਼ਿਸ਼ ਕਰ ਰਹੀਆਂ ਨੇ ਦੇ ਕੋਸ਼ਿਸ਼ ਤਾਂ ਬਾਸੀਤੀ ਕਰ ਰਹੀਆਂ ਨੇ ਦੋਹੇ ਸਰਕਾਰਾਂ ਤਾਂ ਕਿਉਂਕਿ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਦਿਵਸ ਆ ਰਿਹਾ ਉਹ ਮਨਾਉਣ ਜਾਣ ਵਾਸਤੇ ਆਪਣੇ ਇੰਡੀਆ ਤੋਂ ਸੰਗਤ ਜਾਏਗੀ ਉਹਦੇ ਕਰਕੇ ਕੋਸ਼ਿਸ਼ ਦੋਹੇ ਸਰਕਾਰਾਂ ਦੀ ਜਲਦੀ ਤੋਂ ਜਲਦੀ ਚੱਲੇ ਭਾਰਤ ਸਰਕਾਰ ਤੋਂ ਜਾਂ ਪਾਕਿਸਤਾਨ ਸਰਕਾਰ ਤੋਂ ਕੀ ਮੰਗ ਰੱਖਦੇ ਹੋ ਕਿ ਕਿੰਨੀ ਗਿਣਤੀ ਦੇ ਵਿੱਚ ਸੰਗਤ ਨੂੰ ਜਾਣ ਦੀ ਆਗਿਆ ਹੋਣੀ ਚਾਹੀਦੀ ਹੈ ਅਸੀਂ ਤਾਂ ਕਹਿੰਦੇ ਆ ਜੀ ਘੱਟੋ ਘੱਟ 15000 ਬੰਦਾ ਜਾਣਾ ਚਾਹੀਦਾ ਚਾਹੀਦਾ ਕਿਉਂਕਿ ਸਾਢੇ 550 ਸਾਲਾਂ ਬਹੁਤ ਹੀ ਦੇਰ ਬਾਅਦ ਜਾਣ ਦੀ ਮੰਨ ਲੋ ਕਿਸੇ ਕਿਸੇ ਨੂੰ ਕਰਮਾ ਵਾਲੇ ਹੁੰਦੇ ਆ ਜਿਨ੍ਹਾਂ ਨੂੰ ਨਸੀਬ ਹੁੰਦਾ ਇਹ ਉੱਥੇ ਜਾ ਕੇ ਦਰਸ਼ਨ ਕਰਨੇ ਗੁਰੂ ਨਾਨਕ ਦੇਵ ਜੀ ਦੇ ਸਥਾਨ ਦੇ ਅਸੀਂ ਕਰਕੇ ਇਹ ਕਹਿੰਦੇ ਵੱਧ ਤੋਂ ਵੱਧ ਜਿੰਨੇ ਵੀ ਹੋ ਸਕੇ ਸੰਗਤ ਜਾਵੇ ਉੱਥੇ ਤੇ ਦਰਸ਼ਨ ਕਰੇ ਗੁਰੂ ਮਹਾਰਾਜ ਜੀ ਮੱਥਾ ਟੇਕ ਕੇ ਤੇ ਵਾਪਸ ਆਵੇ ਅੱਛਾ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਜ਼ਿੰਦਗੀ ਦੇ ਜਿਹੜੇ ਆਖਰੀ ਸਾਲ ਕਰਤਾਰਪੁਰ ਸਾਹਿਬ ਦੇ ਵਿੱਚ گزارੇ ਕਿ ਲੱਗ ਰਿਹਾ ਕਿ ਉੱਥੇ ਜਾਣ ਦੇ ਲਈ ਸਿੱਖ ਕੌਮ ਦੇ ਵਿੱਚ ਕਿੰਨੀ ਚਾਹਨਾ ਤੇ ਕਿੰਨਾ ਪਿਆਰ ਹੈ ਕਿ ਉੱਥੇ ਉਸ ਸਥਾਨ ਦੇ ਦਰਸ਼ਨ ਦੇਦਾਰ ਹੀ ਕੀਤੇ ਜਾਣੇ ਚਾਹੀਦੇ ਨੇ ਜਿਹੜਾ ਵੀ ਸਿੱਖਾ ਕੋਈ ਵੀ ਗੁਰਨਾਨਕ ਦੇ ਵੈਸੇ ਸਿੱਖ ਕੀ ਕੋਈ ਵੀ ਧਰਮ ਦੇ ਜਾਤੀ ਦੇ ਬੰਦੇ ਨੂੰ ਲਾ ਲੋ ਗੁਰਨਾਨਕ ਦੇਵ ਜੀ ਨਾਲ ਹਰ ਇੱਕ ਧਰਮ ਦਾ ਬੰਦਾ ਜੁੜਿਆ ਆ ਹਰ ਇੱਕ ਦੇ ਮਨ ਦੇ ਵਿੱਚ ਚਾਹਨਾ ਕਿ ਮੈਂ ਇੱਕ ਵਾਰੀ ਗੁਰਨਾਨਕ ਦੇਵ ਜੀ ਦੇ ਜਿੱਥੇ ਗੁਰਨਾਨਕ ਦੇਵ ਨੇ ਲਾਸਟ ਆਪਣਾ ਜੀਵਨ ਬਤੀਤ ਕੀਤਾ ਉੱਥੇ ਲਾਜ਼ਮੀ ਦਰਸ਼ਨ ਕਰਕੇ ਆ ਮੈਂ ਇਹਦੇ ਕਰਕੇ ਹਰ ਇੱਕ ਦੇ ਮਨ ਦੇ ਵਿੱਚ ਚਾਹਨਾ ਵੀ ਅਸੀਂ ਸਾਰੀ ਜਾਈਏ ਜਣ ਦੀ ਤਕਰੀਬਨ ਦਰਸ਼ਨ ਮੇਲਾ ਕਰਕੇ ਆ ਜੀ ਅੱਛਾ ਕੀ ਲੱਗ ਰਿਹਾ ਕਿ ਇਹ ਲਾਂਗਾ ਜੋ ਖੁੱਲ ਰਿਹਾ ਹੈ ਕ੍ਰੈਡਿਟ ਕਿਹਨੂੰ ਦੇਣਾ ਚਾਹੁੰਦੇ ਹੋ ਅਸੀਂ ਤਾਂ ਜੀ ਦੋ ਸਰਕਾਰਾਂ ਨੂੰ ਦੇਾਂਗੇ ਦੋਨੇ ਮੌਜੂਦਾ ਸਰਕਾਰਾਂ ਨੇ ਉਹਨਾਂ ਦੀਆਂ ਦੋਹਾਂ ਦੀਆਂ ਕੋਸ਼ਸ਼ਾਂ ਦੇ ਸਦਕਾ ਹੀ ਇਹ ਜੋ ਲਾਂਗਾ ਛੇਤੀ ਖੁੱਲ ਰਿਹਾ ਹੈ ਅੱਛਾ ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੀ ਕਹਿ ਰਹੇ ਸਨ ਕਿ ਲਾਂਗਾ ਖੋਲਣਾ ਪਾਕਿਸਤਾਨ ਦੀ ਸਾਜ਼ਿਸ਼ ਹੈ ਪਰ ਜੇਕਰ ਬਤੌਰ ਸਿੱਖ ਹੋਣ ਦੇ ਨਾਤੇ ਤੁਸੀਂ ਤੁਹਾਡੇ ਨਾਲ ਗੱਲ ਕੀਤੀ ਜਾਵੇ ਤਾਂ ਲਾਂਗਾ ਖੋਲਣ ਨੂੰ ਕੀ ਕਹਿਣਾ ਚਾਹੋਗੇ ਲਾਂਗਾ ਅਸੀਂ ਤਾਂ ਜੀ ਇਹਦੇ ਬਾਰੇ ਕੋਈ ਸਾਜ਼ਿਸ਼ ਤਾਂ ਅਸੀਂ ਗਿਣੇ ਹੀ ਨਹੀਂ ਸਕਦੇ ਅਸੀਂ ਤਾਂ ਸਿੱਖਾਂ ਅਸੀਂ ਸਿਰਫ ਧਾਰਮਿਕ ਸਥਾਨ ਦੇਖਦੇ ਆਂ ਵੀ ਅਸੀਂ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਜਾਣਾ ਇਹਦੇ ਵਿੱਚ ਕੋਈ ਸਿਆਸਤਾਂ ਵਾਲੀ ਗੱਲ ਤਾਂ ਏਡੀ ਖਾਸ ਲੱਗਦੀ ਨਹੀਂ ਹੈਗੀ ਉਹਨਾਂ ਨੇ ਲਾਂਗਾ ਖੋਲਣਾ ਆਪਾਂ ਦਰਸ਼ਨ ਮੇਲਾ ਕਰਨ ਦਾ ਬਾਤ ਸਾਂਜਣ ਅੱਛਾ ਇਸ ਦੇ ਨਾਲ ਹੀ ਇਹ ਜਿਹੜਾ ਲੰਗ ਹੈ ਇਹ ਕਰਤਾਰਪੁਰ ਸਾਹਿਬ ਦੇ ਲਈ ਹੀ ਬਣ ਰਿਹਾ ਸਪੈਸ਼ਲ ਪਰ ਬਾਕੀ ਜਿਹੜੇ ਹੋਰ ਗੁਰਦੁਆਰਾ ਸਾਹਿਬ ਨੇ ਪਾਕਿਸਤਾਨ ਦੇ ਵਿੱਚ ਮੌਜੂਦ ਉਹਨਾਂ ਦੇ ਦਰਸ਼ਨ ਦਿਦਾਰਿਆਂ ਦੇ ਲਈ ਵੀ ਭਾਰਤ ਸਰਕਾਰ ਦੇ ਕੋਲੋਂ ਜਾਂ ਪਾਕਿਸਤਾਨ ਸਰਕਾਰ ਦੇ ਕੋਲੋਂ ਕਿਸ ਤਰ੍ਹਾਂ ਦੀ ਮੰਗ ਰੱਖਦੇ ਹੋ ਕਿ ਉਹਨਾਂ ਦੇ ਦਰਸ਼ਨ ਦਿਦਾਰੇ ਵੀ ਹੋਣੇ ਚਾਹੀਦੇ ਨੇ ਅਸੀਂ ਕਹਿੰਦੇ ਆ ਜੀ ਜਿਵੇਂ ਹੁਣ ਕਰਤਾਰਪੁਰ ਸਾਹਿਬ ਤੱਕ ਜਾਣਾ ਹੈ ਉਸ ਤੋਂ ਬਾਅਦ ਤੁਸੀਂ ਹੌਲੀ ਹੌਲੀ ਜਿੰਨਾ ਹੋ ਸਕੇ ਜਿਵੇਂ ਨਨਕਾਣਾ ਸਾਹਿਬ ਹੋ ਗਿਆ ਹੋਰ ਜਿੰਨੇ ਵੀ ਧਾਰਮਿਕ ਸਥਾਨ ਨੇ ਸਾਰਿਆਂ ਦੇ ਦਰਸ਼ਨ ਮੇਲੇ ਕਰਾਉਣੇ ਚਾਹੀਦੇ ਆ ਦੋਵੇਂ ਗਵਰਨਮੈਂਟਾਂ ਨੂੰ ਰਲ ਕੇ ਜੀ ਹਾਂ ਜੀ ਅੱਛਾ ਪਾਕਿਸਤਾਨ ਦੀ ਸਰਕਾਰ ਦੇ ਵੱਲੋਂ ਲਾਂਗੇ ਸੰਬੰਧੀ ਕੰਮ ਜੰਗੀ ਪੱਧਰ ਤੇ ਸ਼ੁਰੂ ਕੀਤਾ ਹੋਇਆ ਹੈ Imran Khan ਦੇ ਵੱਲੋਂ ਪਹਿਲਾਂ ਹੀ ਕਹਿ ਦਿੱਤਾ ਗਿਆ ਸੀ ਕਿ ਜੋ ਪਾਕਿਸਤਾਨ ਤੇ ਭਾਰਤ ਦੇ ਦਰਮਿਆਨ ਤਣਾ ਬਣਿਆ ਹੋਇਆ ਉਸ ਦਾ ਅਸਰ ਇੱਥੇ ਦੇਖਣ ਨੂੰ ਨਹੀਂ ਮਿਲੇਗਾ ਕਿ ਲੱਗ ਰਿਹਾ ਹੈ ਕਿ ਜੇਕਰ ਇਸ ਦਾ ਅਸਰ ਨਾ ਦੇਖਣ ਨੂੰ ਮਿਲਿਆ ਤਾਂ ਜਲਦ ਤੋਂ ਜਲਦ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਇਹ ਲਾਂਗਾ ਦੋਵੇਂ ਸਰਕਾਰਾਂ ਦੇ ਵੱਲੋਂ ਖੋਲ ਦਿੱਤਾ ਜਾਵੇਗਾ ਬਿਲਕੁਲ ਖੋਲ ਦਿੱਤਾ ਜਾਵੇ ਜੋ ਜਿਹੜੇ ਕੋਈ ਜੋ ਜਿਵੇਂ ਸਰਾਰਤੀਆਂ ਸਰਉਂਦੇ ਨੇ ਜੇ ਉਹ ਜਾਣਗੇ ਉਹ ਤਾਂ ਗਲਤ ਗੱਲ ਆ ਜਿਹਨੇ ਸੱਚੇ ਮਨ ਨਾਲ ਜਾਣਾ ਉਹ ਉੱਤੇ ਜਾ ਕੇ ਦਰਸ਼ਨ ਮੇਲੇ ਕਰਨਗੇ ਇਸ ਕਰਕੇ ਸਾਨੂੰ ਤਾਂ ਲੱਗ ਰਿਹਾ ਵੀ ਛੇਤੀ ਤੋਂ ਛੇਤੀ ਲਾਂਗਾ ਖੁੱਲਣ ਦੇ ਬਾਅਦ ਵਧੀਆ ਦਰਸ਼ਨ ਮੇਲੇ ਹੋਇਆ ਕਰਨਗੇ ਸਿੱਖ ਹੋਣ ਦੇ ਨਾਤੇ ਕੀਮਾ ਕਰਦੇ ਉਹ ਸਰਕਾਰਾਂ ਦੇ ਕੋਲ ਇਹ ਸਰਕਾਰਾਂ ਨੂੰ ਇਹ ਕਹਾਂਗੇ ਵੀ ਇਹ ਲੰਘ ਹਰ ਟਾਈਮ ਖੁੱਲਣਾ ਚਾਹੀਦਾ ਹੈ ਹਰ ਇੱਕ ਬੰਦੇ ਨੂੰ ਦਰਸ਼ਨ ਮੇਲੇ ਕਰਨ ਦਾ ਮੌਕਾ ਦੇਣਾ ਚਾਹੀਦਾ ਸੋ ਅੱਜ ਦੇ ਪੰਜਾਬ ਬੋਲਦਾ ਦੇ ਵਿੱਚ ਅਸੀਂ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਦੇ ਲਈ ਆਮ ਲੋਕਾਂ ਦੇ ਨਾਲ ਗੱਲਬਾਤ ਕੀਤੀ ਲੋਕਾਂ ਦਾ ਵੀ ਇਹੋ ਕਹਿਣਾ ਹੈ ਕਿ ਜੋ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਦੇ ਵੱਲੋਂ ਕਦਮ ਚੁੱਕੇ ਜਾ ਰਹੇ ਨੇ ਉਹ ਬੇਹਦ ਸ਼ਲਾਘਾਯੋਗ ਨੇ ਪਰ ਜੋ ਪਾਕਿਸਤਾਨ ਤੇ ਭਾਰਤ ਸਰਕਾਰ ਦੀ ਗੱਲ ਇਹ ਹੈ ਕਿ ਇਹਨਾਂ ਲਾਂਘੇ ਦੇ ਲਈ ਭਾਰਤ ਸਰਕਾਰ ਦੇ ਵੱਲੋਂ ਜਿਹੜੀ ਮੰਗ ਰੱਖੀ ਗਈ ਹੈ ਕਿ 5 ਜਾਂ 10000 ਯਾਤਰੀਆਂ ਨੂੰ ਇਸ ਲਾਂਘੇ ਦੇ ਲਈ ਖੁੱਲ੍ਹਣੀ ਚਾਹੀਦੀ ਹੈ ਲੋਕਾਂ ਦਾ ਕਹਿਣਾ ਚਾਹੀਦਾ ਕਹਿਣਾ ਹੈ ਕਿ ਇਹ ਲਾਂਘੇ ਦੇ ਲਈ ਕਿਸੇ ਵੀ ਤਰ੍ਹਾਂ ਦੀ ਜਿਹੜੀ ਪਾਬੰਦੀ ਹੈ ਯਾਤਰੀਆਂ ਦੀ ਉਹ ਨਹੀਂ ਹੋਣੀ ਚਾਹੀਦੀ ਲਾਂਘਾ ਖੁੱਲ੍ਹਾ ਹੋਣਾ ਚਾਹੀਦਾ ਤੇ ਕਿਸੇ ਵੀ ਜਿਹੜੀ ਨਾ ਤਾਂ ਵੀਜ਼ੇ ਦੀ ਲੋੜ ਹੋਣੀ ਚਾਹੀਦੀ ਹੈ ਤੇ ਨਾ ਹੀ ਪਾਸਪੋਰਟ ਦੀ ਸੁਕਰਤਾਰਪੁਰ ਸਾਹਿਬ ਦੇ ਲਾਂਗੇ ਦੇ ਸਬੰਧ ਦੇ ਵਿੱਚ ਲੋਕਾਂ ਨੇ ਆਪਣੇ ਬੇਹਦ ਹੀ ਛਲਾਗਾਜੋਗ ਵਿਚਾਰ ਸਾਡੇ ਸਾਹਮਣੇ ਰੱਖੇ ਸੋ ਅੱਜ ਦੇ ਪੰਜਾਬ ਬੋਲਦਾ ਦੇ ਵਿੱਚ ਬਸ ਇੰਨਾ ਹੀ ਮੈਨੂੰ ਅਮਨਦੀਪ ਸਿੰਘ ਉਦਯੋਜ ਜੀ ਆਗੇ ਆ ਧੰਨਵਾਦ